ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਚਾਨਾ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਬੁਟੀਕ ਚੈਨਲ 'ਤੇ। ਗਰਮੀਆਂ ਵਾਲੇ ਸੂਟ ਅਸੀਂ ਤਿਆਰ ਕੀਤੇ ਆ ਜਿਹੜੇ ਬੁਟੀਕ ਦੇ ਉੱਪਰ, ਉਹ ਦਿਖਾਵਾਂਗੇ ਅੱਜ। ਆ ਲੈਸ ਦੇ ਨਾਲ ਅਸੀਂ ਤਿਆਰ ਕੀਤਾ ਇਹ ਸੂਟ ਨੂੰ, ਚਿਕਨ ਦਾ ਸੂਟ ਆ, ਚਿਕਨ ਦੀ ਕਢਾਈ ਹੈ ਇੱਥੇ। ਅਸੀਂ ਇਸ ਤਰ੍ਹਾਂ ਇਹਦੇ ਡਿਜ਼ਾਇਨ ਵਾਸਤੇ ਕਟਾਮ ਬਣਾਏ ਆ, ਨਾਲ ਉੱਪਰ ਲੈਸ ਲਗਾਈ ਆ ਅਤੇ ਮੋਤੀ ਲਾਏ ਆ। ਬਹੁਤ ਹੀ ਪਿਆਰਾ ਡਿਜ਼ਾਇਨ ਲੱਗਦਾ, ਸਿੰਪਲ ਦਾ ਸਿੰਪਲ ਆ। ਪਿਛਲੀ ਸਾਈਡ ਸਾਡੀ ਸਾਰੀ ਚਿਕਨ ਦੀ ਹੈ। ਇਸ ਤਰ੍ਹਾਂ ਇਹਦਾ ਅਸੀਂ ਪਲਾਜੋ ਬਣਾਇਆ, ਪਲਾਜੋ ਦੇ ਨਾਲ ਇੱਕ ਸੂਟ ਅਸੀਂ ਆਹ ਤਿਆਰ ਕੀਤਾ। ਇਹ 8 ਸਾਲ ਦੇ ਬੱਚੇ ਦੇ ਗਈ ਆ, ਨਾਲ ਇਹਦੇ ਪਲਾਜੋ ਆ, ਪੈਂਟ ਪਲਾਜੋ। ਥਾਂ 'ਤੇ ਅਸੀਂ ਪਾਈਪਿੰਗ ਲਗਾਈ ਆ, ਨਾਲੇ ਅਸੀਂ ਥੋੜ੍ਹੇ ਥੋੜ੍ਹੇ ਵਾਲ ਪਾਏ ਆ ਜਿਹਦੇ ਨਾਲ ਕਿ ਇਸ ਥਾਂ ਤੋਂ ਖੁੱਲ੍ਹਾ ਹੋ ਜੂਗਾ ਕਮੀਜ਼। ਗਰਮੀ ਦੇ ਵਿੱਚ ਇਹ ਬਹੁਤ ਹੀ ਵਧੀਆ ਲੱਗਦਾ। ਨਾਲ ਸਾਡਾ ਪੈਂਟ ਪਲਾਜੋ ਇਹਦੇ, ਇੱਕ ਅਸੀਂ ਆਹ ਸੂਟ ਤਿਆਰ ਕੀਤਾ। ਇਸ ਥਾਂ 'ਤੇ ਅਸੀਂ ਸਟੋਨ ਲਾਏ ਆ, ਵੱਡੇ ਸਟੋਨ ਆ, ਚਿਕਨ ਦਾ ਕੱਪੜਾ। ਨਾਲ ਅਸੀਂ ਇਸ ਤਰ੍ਹਾਂ ਡਿਜ਼ਾਇਨ ਬਣਾਇਆ ਸਾਰਾ ਕਮੀਜ਼ ਦੇ ਉੱਪਰ, ਉੱਪਰ ਉਹ ਗਲੇ ਉੱਪਰ ਛੋਟੇ ਸਟੋਨ ਲਗਾਏ ਆ, ਆ ਪਾਈਪਿੰਗ ਲਗਾਈ ਆ ਅਸੀਂ ਐਂ ਬਰੀਕ। ਨਾਲ ਇਹਦੇ ਪਲਾਜੋ ਆ, ਜਿਹੜਾ ਅਸੀਂ ਆਹ ਸੂਟ ਬਣਾਇਆ ਇਹਦੇ ਉੱਪਰ ਅਸੀਂ ਇਸ ਤਰ੍ਹਾਂ ਲੈਸ ਲਗਾ ਕੇ ਡਿਜ਼ਾਇਨ ਬਣਾਇਆ, ਬਟਨ ਲਗਾਏ ਆ। ਇਹਦੇ ਨੀਚੇ ਵੀ ਅਸੀਂ ਇਸ ਤਰ੍ਹਾਂ ਘੇਰੇ ਦੇ ਉੱਪਰ ਲੈਸ ਲਗਾਈ ਆ, ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਲੈਸ ਲਗਾਈ ਆ, ਨਾਲ ਇਹਦੇ ਪਲਾਜੋ ਆ। ਇਹ ਸਾਰੇ ਸੂਟ ਕੋਟਨ ਦੇ ਵਿੱਚ ਆ, ਆਹ ਗ੍ਰੇਸ ਕੋਟਨ ਦਾ ਸੂਟ ਆ, ਦੂਸਰੇ ਕੋਟਨ ਦੇ ਸੀ, ਉਹ ਸਾਡੇ ਸਾਰੇ ਪਲਾਜੋ ਵਾਲੇ ਸੂਟ ਸੀ। ਹੁਣ ਅਸੀਂ ਸਲਵਾਰ ਵਾਲੇ ਸੂਟ ਦਿਖਾਵਾਂਗੇ। ਆਹ ਸੂਟ ਆ ਜਿਹੜਾ ਅਸੀਂ ਇਸ ਥਾਂ 'ਤੇ ਨੈੱਟ ਲਗਾਇਆ, ਆਹ ਨੈੱਟ ਹੈ ਅਤੇ ਲੈਸ ਲਾ ਕੇ ਤਿਆਰ ਕੀਤਾ ਇਹਨੂੰ। ਸਿੰਪਲ ਸੂਟ ਸੀ ਸਾਡਾ ਸਾਰਾ ਪਲੇਨ, ਨਾਲ ਅਸੀਂ ਇਹਦੇ ਨਾਲ ਸਲਵਾਰ ਬਣਾਈ ਆ, ਇਹਦੇ ਨਾਲ ਅਸੀਂ ਸਲਵਾਰ ਬਣਾਈ ਆ। ਮੂਹਰੀਆਂ 'ਤੇ ਡਿਜ਼ਾਇਨ ਦੇਖੋ ਕਿੰਨਾ ਪਿਆਰਾ, ਇਸ ਸੂਟ 'ਤੇ ਵੀ ਅਸੀਂ ਇਸ ਤਰ੍ਹਾਂ ਡਿਜ਼ਾਇਨ ਬਣਾਇਆ, ਲੈਸ ਲਗਾਈ ਆ, ਬਟਨ ਲਗਾਏ ਆ ਅਤੇ ਇਸ ਤਰ੍ਹਾਂ ਕਟਾਮ ਬਣਾਏ ਆ ਅਸੀਂ, ਗਲੇ ਉੱਪਰ ਵੀ ਲੈਸ ਲਗਾਈ ਆ। ਇਹਦੇ ਨਾਲ ਵੀ ਸਲਵਾਰ ਆ ਸਾਡੇ ਸੂਟ ਨਾਲ, ਇਹਦੇ ਨਾਲ ਵੀ ਸਲਵਾਰ ਆ। ਇਹਦੀਆਂ ਮੂਹਰੀਆਂ 'ਤੇ ਅਸੀਂ ਇਸ ਤਰ੍ਹਾਂ ਡਿਜ਼ਾਇਨ ਬਣਾਇਆ, ਇੱਥੇ ਅਸੀਂ ਬਟਨ ਲਗਾਏ ਆ। ਇਹ ਸਾਡਾ ਪ੍ਰਿੰਟਡ ਕਮੀਜ਼ ਆ ਅਤੇ ਪਲੇਨ ਸਲਵਾਰ ਆ ਇਹਦੇ ਨਾਲ। ਇਹਦੀਆਂ ਮੂਹਰੀਆਂ ਵੀ ਬਹੁਤ ਸੋਹਣੀਆਂ ਬਣੀਆਂ ਵੀ ਆ, ਬਹੁਤ ਸੋਹਣਾ ਡਿਜ਼ਾਇਨ ਬਣਿਆ ਵਿਆ ਇਹਨਾਂ ਮੂਹਰੀਆਂ 'ਤੇ। ਕਮੀਜ਼ ਦੇ ਸਾਈਡ 'ਤੇ ਅਸੀਂ ਪਾਈਪਿੰਗ ਕੱਢੀ ਹੈ ਚੱਕਾਂ 'ਤੇ, ਬਾਹਾਂ 'ਤੇ ਵੀ ਪਾਈਪਿੰਗ ਲਾਈ ਹੈ। ਆਹ ਵੀ ਸਾਡਾ ਕਮੀਜ਼ ਪ੍ਰਿੰਟਡ ਆ, ਪਲੇਨ ਸਲਵਾਰ ਆ ਇਹਦੇ ਨਾਲ। ਸਾਰੇ ਸੂਟ ਇਹ ਕੋਟਨ ਦੇ ਆ। ਆਹ ਸੂਟ ਸਾਡਾ ਸਾਰਾ ਪ੍ਰਿੰਟਡ ਆ, ਇਹਦੇ ਇਸ ਤਰ੍ਹਾਂ ਅਸੀਂ ਪਾਈਪਿੰਗ ਲਗਾਈ ਆ ਗੁੰਮ, ਬਾਹਾਂ 'ਤੇ ਵੀ ਗਲੇ 'ਤੇ ਵੀ। ਇਹਦੇ ਨਾਲ ਵੀ ਸਲਵਾਰ ਆ, ਇਹ ਸਾਰਾ ਸੂਟ ਹੀ ਪ੍ਰਿੰਟਡ ਆ। ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ। ਧੰਨਵਾਦ ਜੀ।